ਬਾਬਾ ਮਹਾਰਾਜ ਸਿੰਘ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਅਰਦਾਸ ਕੀਤੀ, ਹੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਜਿੰਨਾ ਚਿਰ ਮੈਂ ਹਿੰਦੁਸਤਾਨ ਦੀ ਧਰਤੀ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਨਹੀਂ ਕਰਾ ਲੈਂਦਾ, ਉਹਨਾਂ ਚਿਰ ਆਪਣੇ ਸ਼ਸਤਰ ਜਿਹੜੇ ਚੁੱਕੇ ਆ ਉਹਨਾਂ ਚਿਰ ਇਹਨਾਂ ਨੂੰ ਬਰਾਡਮਾਨ ਨਹੀਂ ਕਰਾਂਗਾ, ਛੱਡਾਂਗਾ ਨਹੀਂ। ਔਰ ਦੂਸਰੀ ਗੱਲ, ਜੇ ਮਹਾਰਾਜ ਮੈਂ ਹਿੰਦੁਸਤਾਨ ਨੂੰ ਆਜ਼ਾਦ ਨਾ ਕਰਾ ਸਕਿਆ, ਉਹਨਾਂ ਚਿਰ ਚੈਨ ਆਰਾਮ ਨਾਲ ਇੱਕ ਦਿਨ ਵੀ ਨਹੀਂ ਬੈਠਾਂਗਾ, ਅੰਗਰੇਜ਼ਾਂ ਦੇ ਸਾਮਰਾਜ ਦੇ ਖਿਲਾਫ ਮੈਂ ਲੜਾਈ ਲੜਾਂਗਾ। ਤੀਜਾ ਪ੍ਰਣ, ਜੇਕਰ ਮਹਾਰਾਜ ਮੈਂ ਦੇਸ਼ ਨੂੰ ਆਜ਼ਾਦ ਨਾ ਕਰਾ ਸਕਿਆ, ਲੜਾਈ ਲੜਦਿਆਂ ਲੜਦਿਆਂ ਮੈਨੂੰ ਸ਼ਹੀਦੀ ਦੇਣੀ ਪਈ, ਸ਼ਹਾਦਤ ਦੇਣ ਤੱਕ ਆਪਣੇ ਸ਼ਸਤਰ ਆਪਣੇ ਹਥਿਆਰ ਨਹੀਂ ਛੱਡਾਂਗਾ। ਚੌਥਾ ਪ੍ਰਣ ਕੀਤਾ, ਸੱਚੇ ਪਾਤਸ਼ਾਹ ਅੰਗਰੇਜ਼ ਘੇਰਾ ਪਾ ਲੈਣ, ਸ਼ਹੀਦ ਵੀ ਨਾ ਹੋਵਾਂ, ਮੈਨੂੰ ਗ੍ਰਿਫਤਾਰ ਕਰ ਲੈਣ, ਮੈਂ ਗ੍ਰਿਫਤਾਰ ਹੋ ਕੇ ਵੀ ਜ਼ਾਲਮਾਂ ਦੀ ਈਨ ਨਹੀਂ ਮੰਨਾਂਗਾ, ਆਪਣਾ ਸਰੀਰ ਲੇਖੇ ਲਾ ਦਿਆਂਗਾ। ਧੰਨ ਸੀ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਮਹਾਰਾਜ ਸਿੰਘ ਜੀ, ਸਿੰਘਾਪੁਰ ਦੀ ਜੇਲ੍ਹ ਵਿੱਚ ਉਹਨਾਂ ਨੂੰ ਆਦਮਪੁਰ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ, ਸੂਹੀਆਂ ਨੇ ਖਬਰ ਦੇ ਦਿੱਤੀ, ਔਰ ਉਹਨਾਂ ਨੂੰ ਸਿੰਘਾਪੁਰ ਦੀ ਕੈਦ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਉਦੋਂ ਉਹਨੂੰ ਕਾਲੇ ਪਾਣੀ ਦਾ ਨਾਮ ਦਿੱਤਾ ਜਾਂਦਾ ਸੀ, ਔਰ ਅੰਗਰੇਜ਼ ਲਾਲਚ ਦੇ ਦੇ ਕੇ ਥੱਕ ਗਏ ਕਿ ਬਾਬਾ ਜੀ ਤੁਸੀਂ ਜਿਸ ਮਰਜ਼ੀ ਇਲਾਕੇ ਵਿੱਚ 1000, 2000, 5000 ਏਕੜ ਜ਼ਮੀਨ ਤੁਹਾਨੂੰ ਦੇ ਦਿੰਦੇ, ਲੱਖਾਂ ਕਰੋੜਾਂ ਰੁਪਇਆ ਤੁਹਾਨੂੰ ਅਸੀਂ ਜਗੀਰ ਲਾ ਦਿੰਦੇ, ਕੋਈ ਅਹੁਦਾ ਲੈਣਾ ਸਰਕਾਰ ਦਾ ਉਹ ਵੀ ਮਿਲ ਜਾਏਗਾ, ਜੇ ਕਿਸੇ ਰਿਆਸਤ ਦਾ ਰਾਜ ਲੈਣਾ ਉਹ ਵੀ ਮਿਲ ਜਾਏਗਾ, ਪਰ ਤੁਸੀਂ ਸਾਡੀ ਈਨ ਮੰਨ ਲਓ, ਸਾਡੀ ਸਰਕਾਰ ਦਾ ਰਾਜ ਪ੍ਰਵਾਨ ਕਰ ਲਓ। ਬਾਬਾ ਜੀ ਨੇ ਨਾ ਕਰ ਦਿੱਤੀ। ਅਖੀਰ ਬਾਬਾ ਜੀ 'ਤੇ ਇੰਨਾ ਅੱਤਿਆਚਾਰ ਕੀਤਾ, ਜੇਲ੍ਹ ਵਿੱਚ ਸਾਧ ਸੰਗਤ ਜੀ ਉਹਨਾਂ ਨੂੰ ਪ੍ਰਸ਼ਾਦੇ ਵਿੱਚ ਜ਼ਹਿਰਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਖੱਬੀ ਅੱਖ ਦੇ ਥਣੀ ਲਹੂ ਪਾਕ ਵਗਦਾ ਰਹਿੰਦਾ, ਸਰੀਰ ਦਾ ਇੱਕ ਇੱਕ ਅੰਗ ਉਹਨਾਂ ਦੇ ਸਰੀਰ ਵਿੱਚ ਪੀੜਾਂ ਉੱਠਦੀਆਂ ਰਹਿੰਦੀਆਂ, ਔਰ ਅੰਗਰੇਜ਼ ਕਹਿੰਦੇ ਕਿ ਮਹਾਰਾਜ ਸਿੰਘਾ ਅਜੇ ਵੀ ਈਨ ਮੰਨ ਲੈ, ਕੁਝ ਨਹੀਂ ਤੇਰਾ ਵਿਗੜਿਆ। ਮਹਾਂਪੁਰਖਾਂ ਨੇ ਉਸੇ ਵਕਤ ਹੀ ਸੀਸ ਉੱਚੇ ਚੱਕ ਕੇ ਗਰਜ ਕੇ ਅੰਗਰੇਜ਼ਾਂ ਨੂੰ ਇੱਕੋ ਗੱਲ ਕਹਿਣੀ, ਤੁਹਾਡੀ ਗੁਲਾਮੀ ਪ੍ਰਵਾਨ ਨਹੀਂ ਕਰਾਂਗਾ, ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਪ੍ਰਣ ਕੀਤਾ। ਸੰਗਤ ਜੀ, ਇਹ ਵਾਕਿਆਤ ਸੁਣਨ ਵਾਲਾ ਜਿਹੜਾ ਜੇਲ੍ਹ ਦਾ ਜੇਲਰ ਸੀ, ਉਸ ਨੇ ਅੰਗਰੇਜ਼ਾਂ ਨੂੰ ਚਿੱਠੀ ਲਿਖੀ ਵਲੈਤ ਦੇ ਵਿੱਚ, ਇੰਗਲੈਂਡ ਦੇ ਵਿੱਚ ਸਮੇਂ ਦਾ ਜਿਹੜਾ ਹੁਕਮਰਾਨ ਸੀ, ਕਿ ਮਹਾਰਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, ਉਹਦੇ ਸਿਰ ਵਿੱਚ ਖੱਬੇ ਪਾਸੇ ਸਾਰਾ ਕੈਂਸਰ ਹੋ ਗਿਆ ਔਰ ਲਹੂ ਪਾਕ ਵਗਦਾ ਰਹਿੰਦਾ, ਪਰ ਉਹਦਾ ਚਿਹਰਾ ਅੱਠੇ ਪੈਰ ਜਲਾਲ ਵਿੱਚ ਦਮਕਦਾ ਔਰ ਮੂੰਹੋਂ ਅੱਠੇ ਪੈਰ ਉਹਦੇ ਬੁੱਲ ਫਰਕਦੇ ਰਹਿੰਦੇ ਆ, ਉਹ ਭਜਨ ਪਾਠ ਕਰਦਾ ਰਹਿੰਦਾ, ਵਾਹਿਗੁਰੂ ਦੀ ਇਬਾਦਤ ਕਰਦਾ, ਪਰ ਉਹ ਅਜੇ ਤੱਕ ਵੀ ਈਨ ਮੰਨਣ ਨੂੰ ਤਿਆਰ ਨਹੀਂ। ਇਸ ਕਰਕੇ ਜੇ ਨਹੀਂ ਵੀ ਮੰਨਦਾ, ਉਸ ਦਾ ਇਲਾਜ ਕਰਾ ਦਿਓ, ਤਾਂ ਕਿ ਜੇਲ੍ਹ ਦੇ ਕਾਨੂੰਨ ਮੁਤਾਬਕ ਕੈਦੀ ਦਾ ਇਲਾਜ ਕਰਾਉਣਾ, ਜੇਲ੍ਹ ਦਾ
ਕਾਨੂੰਨ ਹੈ। ਪਰ ਉੱਤੋਂ ਚਿੱਠੀ ਆਈ ਕਿ ਇਹ ਸਿੱਖ ਧਰਮ ਦਾ ਇੱਕੋ ਇੱਕ ਸੰਤ ਹੈ, ਜਿੰਨਾ ਚਿਰ ਇਹ ਜਿਉਂਦਾ ਉਨਾ ਚਿਰ ਅਸੀਂ ਇਹ ਗੱਲ ਮੰਨਦੇ ਹਾਂ ਕਿ ਸਾਡਾ ਹਿੰਦੁਸਤਾਨ ਤੇ ਇਹਦੇ ਪੂਰਾ ਰਾਜ ਨਹੀਂ ਸਥਾਪਿਤ ਹੋਇਆ, ਇਸ ਦਾ ਕਦੇ ਵੀ ਇਲਾਜ ਨਹੀਂ ਕਰਾਇਆ ਜਾਏਗਾ। ਤਾਂ ਪਰ ਧੰਨ ਬਾਬਾ ਮਹਾਰਾਜ ਸਿੰਘ ਜੀ ਅੰਤਾਂ ਦੇ ਤਸੀਹੇ ਦੇ ਦਿੱਤੇ ਗਏ, ਉਹਨਾਂ ਨੂੰ ਜੇਲ੍ਹ ਵਿੱਚ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ, ਪਰ ਆਪਣੇ ਬਚਨਾਂ ਤੇ ਅਡੋਲ ਰਹਿ ਕੇ ਵੀ ਕੁਰਬਾਨੀ ਦੇ ਗਏ। ਇਹ ਸਾਡੇ ਸਿੱਖ ਸੰਤਾਂ ਦੀ ਕੁਰਬਾਨੀ ਹੈ। ਇਹ ਗਾਂਧੀ ਦੇ ਚਰਖੇ ਨੇ ਹਿੰਦੁਸਤਾਨ ਆਜ਼ਾਦ ਨਹੀਂ ਕਰਾਇਆ। ਪੋਲੀਟੀਕਲ ਲੋਕ ਇਹ ਗੱਲ ਦਾ ਪ੍ਰਚਾਰ ਕਰੀ ਜਾਂਦੇ ਆ ਦੇਸ਼ ਦਾ, ਆਖੇ ਬਾਪੂ ਗਾਂਧੀ ਹੈ। ਕੋਈ ਗਾਂਧੀ ਗੁੰਧੀ ਬਾਪੂ ਨਹੀਂ। 1857 ਵਿੱਚ ਹਿੰਦੁਸਤਾਨ ਦੇ ਅੰਗਰੇਜ਼ ਸਾਮਰਾਜ ਦੇ ਖਿਲਾਫ ਆਜ਼ਾਦੀ ਦਾ ਬਿਗਲ ਕਿਹਨੇ ਵਜਾਇਆ? ਸਾਡੇ ਸਿੱਖ ਸੰਤਾਂ ਨੇ, ਸਾਡੇ ਗਦਰੀ ਬਾਬਿਆਂ ਨੇ, ਸਾਡੇ ਮਹਾਂਪੁਰਖਾਂ ਨੇ। ਸੋ ਇਸ ਕਰਕੇ ਸਾਧ ਸੰਗਤ ਜੀ ਉਹਨਾਂ ਨੇ ਇਸ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ, ਸਿੱਖ ਕੌਮ ਨੇ 1% ਨਹੀਂ, 2% ਨਹੀਂ, 80% ਤੋਂ ਉੱਤੇ ਤੁਹਾਡੀਆਂ ਕੁਰਬਾਨੀਆਂ